हर बार आज जैसा कि बंद कॉल जी है इनू वापस नहीं लिया गया। सो मैं ये बेनती जरूर करूंगा सात संगत नूं कि आपां सारे ही आपस दे विच मिल के अपने सारे ही रहबर एका आपां शांतमय तरीके दे नाल एक आपां मैसेज देना पैगाम देना साडी लड़ाई जिहड़ी आ उन्हां माड़े सोच वाले अंसरां दे नाल आ जो समाज दे विच पाड़ा पाउंदे आ समाज नूं एक दूजे दे नाल लड़ाउंदे आ ਉਹ ਅੰਸਰ ਥੋੜੇ ਹੀ ਹੁੰਦੇ ਆ ਪਰ ਉਹਨਾਂ ਨੇ ਸਾਰੇ ਹੀ ਸਮਾਜ ਨੂੰ ਗੱਡੀ ਗੇੜ ਪਾਇਆ ਹੁੰਦਾ ਆ। ਔਰ ਜਿਵੇਂ ਕਿ ਅੱਜ ਦਾ ਜੋ ਵਿਸ਼ਾ ਆ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜੋ ਕਲਰ ਪਲੱਸ ਚੈਨਲ ਦੇ ਉੱਪਰ ਇੱਕ ਨਾਟਕ ਚੱਲਦਾ ਆ ਉਹਦੇ ਵਿੱਚ ਉਹਨਾਂ ਦੇ ਚਰਿੱਤਰ ਬਾਰੇ ਉਹਨਾਂ ਬਾਰੇ ਗਲਤ ਠਹਿਰਾਇਆ ਗਿਆ ਹੈ। ਉਸ ਦੇ ਵਿੱਚ ਸਾਡੀ ਸੰਸਥਾਵਾਂ ਨੇ ਭਗਵਾਨ ਵਾਲਮੀਕ ਸੰਸਥਾਵਾਂ ਜਿੰਨੀਆਂ ਵੀ ਆ ਔਰ ਸਤਿਗੁਰੂ ਦਾਸ ਮਹਾਰਾਜ ਜੀ ਦੀਆਂ ਸੰਸਥਾਵਾਂ ਜਿੰਨੀਆਂ ਵੀ ਆ ਔਰ ਬਾਬਾ ਸਾਹਿਬ ਅੰਬੇਦਕਰ ਸੰਸਥਾਵਾਂ ਜਿੰਨੀਆਂ ਵੀ ਹੈ ਉਹਨਾਂ ਨੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਔਰ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਕਲਰ ਪਲੱਸ ਚੈਨਲ ਦੇ ਉੱਪਰ। ਪਰ ਉਸ ਤੋਂ ਬਾਵਜੂਦ ਵੀ ਆਹ ਕੇਵਲ ਜਿਹੜੀ ਲੋਕਲ ਆ ਉਹਨੂੰ ਬੰਦ ਕਰ ਦਿੱਤਾ ਗਿਆ ਜੋ ਨੈਸ਼ਨਲ ਜੋ ਪੂਰੇ ਵਰਲਡ ਦੇ ਵਿੱਚ ਕਲਰ ਪਲੱਸ ਚੈਨਲ ਜਿਸ ਵੀ ਵੈਬਸਾਈਟ ਰਾਹੀਂ ਦਿਖਾਇਆ ਜਾ ਰਿਹਾ ਉਹਨੂੰ ਬੰਦ ਨਹੀਂ ਕੀਤਾ ਗਿਆ ਔਰ ਉਸਦੇ ਨਾਲ ਸਾਰੇ ਹੀ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸਦੇ ਮੱਦੇਨਜ਼ਰ ਅੱਜ ਜੋ ਪੂਰਾ ਭਾਰਤ ਜੋ ਪੂਰਾ ਪੰਜਾਬ ਬੰਦ ਕੀਤਾ ਗਿਆ ਸਾਡੀ ਪ੍ਰਸ਼ਾਸਨ ਅੱਗੇ ਇਹੀ ਮੰਗ ਆ ਕਿ ਅਸੀਂ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਬੰਦ ਕਰ ਰਹੇ ਹਾਂ। ਅਗਰ ਜੇ ਅੱਜ ਸ਼ਾਮ ਤੱਕ ਪੂਰੀ ਵੀ ਉਹ ਚੈਨਲ ਤੇ ਪਾਬੰਦੀ ਨਾ ਲੱਗੀ ਗਈ ਉਸ ਨੂੰ ਬੰਦ ਨਾ ਕੀਤਾ ਗਿਆ ਤੇ ਅਸੀਂ ਜਿੰਨੇ ਵੀ ਗੁਰੂ ਰਵਿਦਾਸ ਸੰਸਥਾਵਾਂ ਔਰ ਭਗਵਾਨ ਵਾਲਮੀਕ ਸੰਸਥਾਵਾਂ ਔਰ ਡਾਕਟਰ ਵੀਰਨ ਸੰਸਥਾਵਾਂ ਜਿੰਨੀਆਂ ਵੀ ਆ ਅਸੀਂ ਅਗਲੀ ਰਣਨੀਤੀ ਆ ਜੋ ਵੀ ਸਾਡਾ ਸੰਤ ਸਮਾਜ ਸਾਨੂੰ ਸੁਨੇਹਾ ਦੇਵੇਗਾ ਅਸੀਂ ਸਾਰੇ ਉਹਦੇ ਉੱਪਰ ਪਹਿਰਾ ਦੇਵਾਂਗੇ ਅਸੀਂ ਸਮਾਜ ਦੇ ਨਾਲ ਸਾਰੇ ਖੜੇ ਹਾਂ। ਸੋ ਜਿਹੜਾ 13 ਤਰੀਕ ਤੱਕ ਸੈਂਟਰ ਸਰਕਾਰ ਨੇ ਗੁਰੂ ਰਵਿਦਾਸ ਮੰਦਰ ਉਸਾਰਨ ਦਾ ਜਿਹੜਾ ਟਾਈਮ ਲਿਆ ਸਾਡੇ ਸੰਤ ਸਮਾਜ ਤੋਂ ਬਾਰੇ ਵੀ ਮੈਂ ਅਲਰਟ ਕਰ ਦੇਵਾਂ ਕਿ ਅਗਰ ਜੇ 13 ਤਰੀਕ ਨੂੰ ਸਾਨੂੰ ਕੋਈ ਅੱਛਾ ਸੁਨੇਹਾ ਹੁੰਦਾ ਕਿ ਸਾਡੇ ਗੁਰੂ ਘਰ ਦਾ ਜੋ ਨੀਂਹ ਪੱਥੇ ਰੱਖ ਦਿੱਤਾ ਜਾਂਦਾ ਹੈ ਤੇ ਠੀਕ ਆ ਅਸੀਂ ਫਿਰ ਇਹਨਾਂ ਕੋਲ ਪੈਸੇ ਨਹੀਂ ਲਵਾਉਣੇ ਸਾਡੀ ਸੰਸਥਾਵਾਂ ਸਾਡਾ ਸਮਾਜ ਸਾਡੇ ਗੁਰੂ ਘਰ ਅਸੀਂ ਗੁਰੂ ਘਰ ਆਪਣਾ ਆਪ ਬਣਾਵਾਂਗੇ ਇੰਨੀ ਕਿ ਅਸੀਂ ਆਪਣੇ ਆਪ ਦੇ ਵਿੱਚ ਹਿੰਮਤ ਰੱਖਦੇ ਹਾਂ ਔਰ ਉਹ ਦੇਸ਼ ਦਾ ਜੋ ਅਜੂਬਾ ਬਣਾ ਕੇ ਦਿਖਾਵਾਂਗੇ ਜੋ ਵਰਲਡ ਦਾ ਦੁਨੀਆ ਦਿੱਲੀ ਜਾ ਕਰੂੰਗੇ ਏਅਰਪੋਰਟ ਤੋਂ ਉੱਥੋਂ ਹੋ ਕੇ ਆ ਕਰੂੰ ਦੇਖਣ ਜਾ ਕਰੂੰਗੀ ਇੱਧਰ ਸੰਸਥਾਵਾਂ ਸਾਡੇ ਸੰਤ ਮਹਾਂਪੁਰਸ਼ ਨੇ ਐਲਾਨ ਕੀਤਾ ਉਸ ਦੇ ਸੰਬੰਧ ਦੇ ਵਿੱਚ ਅੱਜ ਪੂਰਾ ਪੰਜਾਬ ਬੰਦ ਹੈ ਔਰ ਕੱਲ੍ਹ ਥੋੜ੍ਹੀ ਜਿਹੀ ਕਨਫਿਊਜ਼ਿੰਗ ਹੋ ਗਈ ਸੀ ਜੋ ਹੁਣ ਤੁਹਾਡੀ ਰਸਮ ਸੀ ਜੋ ਆਪਾਂ ਫੋਟੋਸ਼ਾਪ ਕਰਾਉਣੀ ਸੀ ਉਹ ਹੋ ਗਈ ਹੈ ਪਲੀਜ਼ ਹੁਣ ਸਾਰੇ ਸਾਥੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਆਹ
ਚੂਲਾ ਜਾਏ।